ਭਾਈ ਰਾਤ ਦੇ ਆਏ ਹੋਏ ਇੱਥੇ ਜੀ, ਰਾਤੀ ਬਾਹਰੋਂ ਟੈਸਟ ਕਰਵਾਏ ਅਸੀਂ ਬੁਲਵਾ ਕੇ। ਇਹਨੇ ਕਹਿੰਦੇ ਵੀ ਬਾਹਰੋਂ ਟੈਸਟ ਕਰਵਾਓ, ਪਹਿਲਾਂ ਮੈਨੂੰ ਕਹਿੰਦੇ ਜਿੱਥੋਂ ਮਰਜ਼ੀ ਕਰਵਾ ਕੇ ਲਿਆ, ਮੈਂ ਨਹੀਂ, ਕਹਿੰਦੇ ਆ ਨੰਬਰ ਲੈ ਲਓ। ਉਹ ਮੁੰਡਾ ਅੰਦਰ ਹੀ ਹੁੰਦਾ ਜੀ, ਸਵੇਰੇ ਡਿਊਟੀ ਕਰਦਾ, ਉਹਨੂੰ ਬੁਲਾਇਆ, 300 ਰੁਪਏ ਲਾਉਂਦੇ ਮੇਰੇ ਤੋਂ, ਠੀਕ ਹੈ ਜੀ। ਅਤੇ ਟੈਸਟ ਕੀਤੇ ਉਹਨੇ, ਅਤੇ ਸਵੇਰੇ ਉਹਦੇ 'ਚ ਸੈੱਲ ਪੂਰੇ ਸੀਗੇ, 1,55,000 ਸੀ, ਜਿਹਦੇ 'ਚ ਕਹਿੰਦੇ ਸਵੇਰੇ 84,000 ਰਹਿ ਗਏ ਨੇ, ਅਤੇ ਅਸੀਂ ਅੰਦਰੋਂ ਟੈਸਟ ਕਰਵਾਏ ਸੀਗੇ। ਇਸ ਕਰਕੇ ਅਸੀਂ ਬਾਹਰੋਂ ਇੱਕ ਵਾਰੀ ਟੈਸਟ ਕਰਵਾ ਲੈਂਦੇ ਹਾਂ, ਅਤੇ ਇਹ ਕਹਿੰਦੇ ਨਹੀਂ ਬਾਹਰ ਦੇਣੀ ਚੱਲਣਗੇ। ਵੀ ਭਲਾ ਜਿਹੜੇ ਰਾਤੀ ਕਰਾਏ ਸੀ ਉਹ ਫਿਰ ਕਿਵੇਂ ਚੱਲ ਗਏ, ਰਾਤੀ ਜਿਹੜੇ ਕਰਾਏ ਉਹ ਕਿਵੇਂ ਚੱਲ ਗਏ ਦੱਸੋ ਪਹਿਲਾਂ। ਰਾਤ ਨੂੰ ਕੋਈ ਹੋਰ ਹੋਸਪਿਟਲ ਸੀ, ਬਦਲ ਗਿਆ ਦਿਨੇ। ਕਿਹੜਾ ਪਿੰਡ? ਕਿਹੜਾ ਪਿੰਡ? ਨਵਾਂਪੁਰ ਭਾਈ। ਤੁਸੀਂ ਮੰਗ ਕੀ ਕਰਦੇ? ਮੰਗ ਤਾਂ ਕੋਈ ਨਹੀਂ ਕਰਦੇ ਜੀ, ਅਸੀਂ ਚਾਹੁੰਦੇ ਗਰੀਬਾਂ ਦਾ ਇਲਾਜ ਹੋਵੇ ਇੱਥੇ। ਦੇਖੋ ਕਈ ਵਾਰੀ ਜਿਹੜੇ ਮਰੀਜ਼ ਹੁੰਦੇ ਨੇ ਉਹ ਮਰੀਜ਼ਾਂ ਨੂੰ ਕਈ ਵਾਰੀ ਪ੍ਰੋਪਰ ਟ੍ਰੀਟਮੈਂਟ ਨਾ ਮਿਲਣ ਜਾਂ ਕੋਈ ਇੱਥੋਂ ਦੀ ਸਟਾਫ ਵੱਲੋਂ ਮਿਸਬਿਹੇਵ ਜਾਂ ਕੋਈ ਮਾੜਾ ਚੰਗਾ ਬੋਲਣ ਦੀਆਂ ਸ਼ਿਕਾਇਤਾਂ ਤਾਂ ਮੈਨੂੰ ਹੁਣ ਇਹਨਾਂ ਦੱਸਿਆ ਵੀ ਅਸੀਂ ਕਈ ਵਾਰੀ ਕਰਦੇ ਪਰ ਸਾਡੀ ਇੱਥੇ ਸੁਣਵਾਈ ਨਹੀਂ ਹੁੰਦੀ। ਮੇਰਾ ਤਾਂ ਚਲੋ ਕੁਦਰਤੀ ਇੱਥੇ ਕਿਸੇ ਐਕਸੀਡੈਂਟ ਕੇਸ ਦੇ ਵਿੱਚ ਆਉਣਾ ਹੋਇਆ ਅਤੇ ਮੈਂ ਇੱਥੇ ਆ ਕੇ ਵੇਖਿਆ। ਬਾਕੀ ਚਲੋ ਚੈੱਕ ਕੀਤਾ ਮੈਂ, ਹੁਣ ਡਾਕਟਰਸ ਨੂੰ ਜਿਹੜੇ ਸਿਵਲ ਸਾਡੇ SMO ਨੇ ਉਹਨਾਂ ਨੂੰ ਮੈਂ ਫੋਨ ਕੀਤਾ ਤੁਹਾਡੇ ਸਾਹਮਣੇ, ਉਹਨਾਂ ਨੂੰ ਕਿਹਾ ਵੀ ਯਕੀਨੀ ਬਣਾਓ ਜਿਹੜੀਆਂ ਸਵਾਸਥ ਹੈਲਥ ਸਰਵਿਸਿਜ਼ ਨੇ ਸਾਡੀਆਂ ਉਹ ਯਕੀਨੀ ਬਣਾਓ, ਲੋਕਾਂ ਤੱਕ ਮੈਕਸੀਮਮ ਜਾਓ, ਕਿਉਂਕਿ ਜੇ ਇਹ ਮੈਕਸੀਮਮ ਇੱਥੇ ਜਿਹੜੇ ਹੈਗੇ ਮਿਡਲ ਕਲਾਸ ਜਾਂ ਗਰੀਬ ਲੋਕ ਜਿਹੜੇ ਵਿਚਾਰੇ ਇਲਾਜ ਕਰਾਉਂਦੇ, ਜਿਨ੍ਹਾਂ ਕੋਲ 4 ਪੈਸੇ ਨੇ ਉਹ ਤਾਂ ਪ੍ਰਾਈਵੇਟ ਹਸਪਤਾਲ ਵਾਲੇ ਪਾਸੇ ਭੱਜਦੇ ਨੇ, ਪਰ ਇਹਨਾਂ ਦੀ ਬਾਂਹ ਫੜਨ ਵਾਲੀ ਤਾਂ ਸਰਕਾਰ ਹੀ ਹੈ, ਮਾਨਯੋਗ ਭਗਵੰਤ ਮਾਨ ਸਾਹਿਬ ਹੈ ਸਾਡੇ CM ਸਾਹਿਬ, ਅਤੇ ਅਸੀਂ ਕੁਤਾਹੀ ਕੋਈ ਬਰਦਾਸ਼ਤ ਨਹੀਂ ਕਰਾਂਗੇ। ਜੇ ਦਰਅਸਲ ਮੈਂ ਇੱਕ ਚੀਜ਼ ਦੇਖੀ ਹੈ ਕਿ ਜੇ ਕਿਸੇ ਨੂੰ ਕੋਈ ਮੈਨੇਜ ਕਰਨਾ ਹੁੰਦਾ ਤਾਂ ਇਹ ਆਪ ਇਨੀਸ਼ੀਏਟਿਵ ਨਹੀਂ ਲੈਂਦੇ, ਇਹ ਅਗਲੇ 'ਤੇ ਸੁੱਟ ਦਿੰਦੇ ਨੇ। ਹੁਣ ਮੈਂ ਇਹਨਾਂ ਨੂੰ ਕਹਿ ਕਿਹਾ ਵੀ ਤੁਸੀਂ ਇਹਨੂੰ ਪਰਸਨਲੀ ਇੰਟਰਸਟ ਲੈ ਕੇ ਕਰੋ, ਅਤੇ ਇਹਨਾਂ ਦੀ ਆਸ ਉਮੀਦ ਸਰਕਾਰ ਹੈ, ਇਹਨਾਂ ਦੀ ਆਸ ਉਮੀਦ ਤੁਸੀਂ ਆਪ ਹੋ, ਤਾਂ ਇਹਨਾਂ ਦਾ ਜਿਹੜਾ ਵੀ ਕੰਮ ਹੈ ਜਾਂ ਜੋ ਵੀ ਇਹਨਾਂ ਨੂੰ ਸਰਵਿਸ ਮੈਡੀਕਲ ਆਪਾਂ ਪ੍ਰੋਵਾਈਡ ਕਰਾਉਣੀ, ਭਾਵੇਂ ਉਹ ਬਲੱਡ ਹੈ ਜਾਂ ਭਾਵੇਂ ਕੋਈ ਦਵਾਈਆਂ ਜਾਂ ਐਂਬੂਲੈਂਸ ਹੈ, ਉਹ ਕਰਾਓ। ਔਰ ਜਿਹੜੀ ਇੱਕ ਇੱਥੇ ਮੈਨੂੰ ਜਦੋਂ ਆਇਆ ਸੀ ਪਤਾ ਲੱਗਿਆ ਸੀ ਕਿ ਜਿਹੜੀ ਐਂਬੂਲੈਂਸ ਦੇ ਵਿੱਚ ਤੇਲ ਨਹੀਂ ਹੈਗਾ, ਮੈਂ SMO ਸਾਹਿਬ ਨੂੰ ਕਹਿਤਾ ਵੀ ਜਿਹੜਾ ਇਹਦਾ ਸੰਬੰਧਿਤ ਡਰਾਈਵਰ ਹੈ ਜਿਹੜਾ ਮੇਨਟੇਨ ਕਰਦਾ ਉਹਦੇ ਖਿਲਾਫ਼ ਐਕਸ਼ਨ ਲਓ, ਔਰ ਉਹਦੇ ਤੋਂ ਸ਼ੋਅ ਕਾਜ਼ ਨੋਟਿਸ ਕਰਕੇ ਉਹਨੂੰ ਚਾਰਜਸ਼ੀਟ ਸਪਲਾਈ ਕਰੋ।